ਤੁਹਾਨੂੰ ਆਪਣੀ ਦਿੱਤੀ ਗਈ ਉਹਨੂੰ ਵਿੱਚ ਵੱਲੋਂ ਕੀ ਕਹਿਣਾ ਚਾਹੁੰਦੇ ਤੁਸੀਂ ਕ੍ਰਿਕਟ 'ਚ? ਮੈਂ ਅੱਜ ਕੋਸਾ ਪਾਂਡੂ ਕਰਮੇਸ਼ਨ ਗਰਾਊਂਡ 'ਚ ਕਰਮ ਸਿੰਘ ਜਿਹੜੇ ਕਿ ਸਾਡੇ ਗੋਲਡ ਮੈਡਲਿਸਟ ਜਿੰਦਰਪਾਲ ਦੇ ਪਿਤਾ ਜੀ ਸੀ, ਉਹਨਾਂ ਦੀ ਅਚਨ ਤੇ ਡੈਥ ਹੋਣ 'ਤੇ ਉਹਨਾਂ ਦੇ ਕਰਮੇਸ਼ਨ 'ਚ ਸ਼ਾਮਿਲ ਹੋਣ ਆਇਆ ਸੀ। ਔਰ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਸਾਡਾ ਹੋਣਹਾਰ ਮੁੰਡਾ ਮੇਰੇ ਹਲਕੇ ਤੋਂ ਕੋਸਾ ਪਾਂਡੂ ਪਿੰਡ ਤੋਂ ਜਿੰਦਰਪਾਲ ਤੋਂ ਗੋਲਡ ਮੈਡਲ ਲੈ ਕੇ ਆਇਆ। ਔਰ ਇੰਨੀ ਖੁਸ਼ੀ ਸੀ, ਅਸੀਂ ਸਾਰਿਆਂ ਨੇ ਪ੍ਰਸ਼ਾਸਨ ਦੇ ਨਾਲ ਇਹ ਪ੍ਰੋਗਰਾਮ ਲਿਖਿਆ ਸੀ ਕਿ ਰੇਲਵੇ ਸਟੇਸ਼ਨ ਤੋਂ ਲੈ ਕੇ ਓਪਨ ਜੀਪ ਦੇ ਵਿੱਚ ਉਹਦੇ ਘਰ ਤੱਕ ਚਾਹ ਦੇ ਨਾਲ ਛੱਡ ਕੇ ਜਾਵਾਂਗੇ। ਪਰ ਇੱਥੇ ਆ ਕੇ ਭਾਣਾ ਮੰਨਣਾ ਪੈਂਦਾ, ਕੌਣ ਕਹੇ ਸਾਹਿਬ ਇੰਜਨੀ ਇੰਜ ਕਰ, ਜਿੰਨੇ ਸਵਾਸਾਂ ਦੀ ਪੂੰਜੀ ਲਿਖੀ ਸੀ। ਪਿਛਲੇ ਕਾਫੀ ਸਮੇਂ ਤੋਂ ਕੈਂਸਰ ਪੀੜਤ ਸੀ। ਮੈਂ ਤਾਂ ਰਜਿੰਦਰਪਾਲ ਦੀ ਇੱਕ ਹੋਰ ਬੜੀ ਬਹਾਦਰੀ ਮੰਨਦਾ ਕਿ ਬਾਹਰੋਂ ਉਹ ਗੋਲਡ ਮੈਡਲ ਵਾਸਤੇ ਲੜ ਰਿਹਾ ਸੀ ਅਤੇ ਅੰਦਰੋਂ ਪਿਤਾ ਹੋਸਪਿਟਲ ਆਖਰੀ ਲੜਾਈ 'ਤੇ ਪਿਆ ਸੀ ਅਤੇ ਅੰਦਰੋਂ ਉਹ ਉਸ ਲੜਾਈ ਨਾਲ ਲੜ ਰਿਹਾ ਸੀ ਆਪਣੇ ਪਿਤਾ ਦੇ ਖਿਆਲ ਨਾਲ, ਉਹਨਾਂ ਦੀ ਬਿਮਾਰੀ ਨਾਲ। ਪਰ ਉਹ ਤਕੜਾ ਹੋ ਕੇ ਤਾਂ ਨਿਕਲਿਆ, ਗੋਲਡ ਮੈਡਲ ਲਿਆਇਆ, ਪਰ ਪਰਮਾਤਮਾ ਨੇ ਉਸ ਤੋਂ ਬਾਅਦ ਉਹਦੇ ਪਿਤਾ ਜੀ ਹੋ ਗਏ। ਇਹ ਬਹੁਤ ਵੱਡਾ ਸਦਮਾ ਹੁੰਦਾ। ਇਸ ਸਦਮੇ ਦਾ ਮੈਨੂੰ ਪਤਾ, ਮੇਰੇ MLA ਬਣਨ ਤੋਂ ਬਾਅਦ ਤੋਂ ਥੋੜ੍ਹੇ ਦੇਰ ਪਹਿਲਾਂ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ। ਪਰ ਮੈਨੂੰ ਪਤਾ, ਜਦੋਂ ਮੈਂ MLA ਬਣ ਕੇ ਘਰ ਗਿਆ ਸੀ ਅਤੇ ਪਿਤਾ ਦੀ ਫੋਟੋ 'ਤੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ ਸੀ ਕਿ ਜੇ ਮੇਰਾ ਪਿਓ ਹੁੰਦਾ ਤਾਂ ਕਿੰਨਾ ਚਾਅ ਕਰਦਾ ਕਿ ਮੇਰਾ ਪੁੱਤ MLA ਬਣ ਕੇ ਆਇਆ। ਔਰ ਮੈਨੂੰ ਅੱਜ ਉਹੀ ਫੀਲ ਹੋ ਰਿਹਾ ਕਿ ਤੇਜਿੰਦਰਪਾਲ ਦੇ ਵੀ ਜੇ ਪਿਤਾ ਉਹਦਾ ਗੋਲਡ ਮੈਡਲ ਦੇਖਦੇ ਉਹਦੇ ਘਰ 'ਚ ਪਾਇਆ ਤਾਂ ਕਿੰਨਾ ਚਾਅ ਹੋਣਾ ਸੀ। ਔਰ ਇਹ ਅੱਜ ਹੀ ਖਤਮ ਨਹੀਂ ਹੋ ਗਿਆ, ਸਾਰੀ ਉਮਰ ਇਹ ਚੀਜ਼ ਦੁੱਖ ਦੇ ਸੁੱਖ ਦੇ ਇਹ ਚੀਜ਼ ਨਾਲ ਰਹਿਣੀ ਆ। ਮੈਂ ਇਹੀ ਅਰਦਾਸ ਕਰ ਸਕਦਾ ਪਰਮਾਤਮਾ ਦੇ ਚਰਨਾਂ 'ਚ ਕਿ ਉਹ ਜਿੱਥੇ ਰਾਜਕਰਮ ਸਿੰਘ ਜੀ ਦੀ ਆਤਮਾ ਨੂੰ, ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਣ, ਉਹਨਾਂ ਨੂੰ ਗੁਰੂ ਸਾਹਿਬ ਆਪਣੇ ਚਰਨਾਂ 'ਚ ਨਿਵਾਸ ਦੇਣ, ਉੱਥੇ ਸਾਡੇ ਇਸ ਨੌਜਵਾਨ ਨੂੰ ਔਰ ਸਾਰੇ ਪਰਿਵਾਰ ਨੂੰ ਇਸ ਭਾਣਾ ਮੰਨਣ ਦਾ ਬਲ ਬਖਸ਼ਣ। ਇਹ ਸਾਡਾ ਤੇਜਿੰਦਰਪਾਲ ਇਸ ਲੜਾਈ 'ਚੋਂ ਹੋਰ ਤਕੜਾ ਹੋ ਗਿਆ। ਜੀ ਸਰਕਾਰ ਵੱਲੋਂ ਤੇਜਿੰਦਰਪਾਲ ਨੂੰ ਕੁਛ? ਹਾਂ, ਉਹ ਮੇਰੀ ਸਪੋਰਟਸ ਮਿਨਿਸਟਰ ਸਰਕਾਰ ਜੋ ਕੈਬਨਿਟ ਮਿਨਿਸਟਰ ਜਿਹੜੇ ਰਾਣਾ ਚੌਧਰੀ ਸੀ, ਉਹਨਾਂ ਨਾਲ ਮੇਰੀ ਕੁਛ ਦਿਨ ਪਹਿਲਾਂ ਵੀ ਗੱਲ ਹੋਈ ਸੀ। ਜੋ ਪੰਜਾਬ ਸਰਕਾਰ ਦੀ ਪਾਲਿਸੀ ਹੈ ਉਹਦੇ ਮੁਤਾਬਕ, ਔਰ ਮੈਂ ਤਾਂ ਉਹਨਾਂ ਨੂੰ ਖਾਸ ਬੇਨਤੀ ਕੀਤੀ ਸੀ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਹੋਰ ਵੱਡਾ ਕਦਮ ਉਹ ਚੱਕਣ, ਇਸ ਤੋਂ ਵੀ ਵਧੀਆ ਪਾਲਿਸੀ ਲੈ ਕੇ ਆਉਣ। ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ CM ਸਾਹਿਬ ਨਾਲ ਗੱਲ ਕਰਨਗੇ। ਉਹ CM ਸਾਹਿਬ ਦਿੱਲੀ ਗਏ ਹੋਏ ਸੀ, ਹੋਪਫੁਲੀ ਰਾਣਾ ਸੋਢੀ ਜੀ ਇਸ ਪਿੰਡ 'ਚ ਸ਼ਾਇਦ ਕੱਲ੍ਹ ਹੀ ਆਉਣ। ਅੱਜ ਵੀ ਉਹਨਾਂ ਨਾਲ ਗੱਲ ਚੱਲ ਰਹੀ ਸੀ ਅਤੇ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ ਤਾਂ ਦੇਣੀ ਮੈਂ CM ਸਾਹਿਬ ਨੂੰ ਔਰ ਸਾਡੇ ਕੈਬਨਿਟ ਮਿਨਿਸਟਰ ਸਪੋਰਟ ਸਾਹਿਬ ਨੂੰ ਪਰਸਨਲ ਬੇਨਤੀ ਕਰਕੇ ਵੀ ਇਸ ਮੁੰਡੇ ਲਈ ਹੋਰ ਜ਼ਿਆਦਾ ਮੈਂ ਕੋਸ਼ਿਸ਼ ਕਰੂੰਗਾ ਜੋ ਵੱਧ ਤੋਂ ਵੱਧ ਕਰ ਸਕਦੇ ਹਾਂ।